फाजिलका पुलिस को हथियारों की नोक पर लूटपाट करने वाले एक अंतर्राज्यीय गिरोह के 5 सदस्यों को काबू करने में सफलता मिली है। इस गिरोह से 5 मोटरसाइकिल, 3 कारें, 6 मोबाइल फोन और बड़ी मात्रा में नाजायज असला बरामद हुआ है। अबोर की थाना सदर पुलिस ने गिरोह को बल्लुआना कॉलोनी के वाटरवर्क से लूट की योजना बनाते समय मुखबिर की सूचना के आधार पर काबू किया। गिरोह के सदस्य आमतौर पर हाईवे पर रात के समय वाहन चालकों को अपना शिकार बनाते थे। फाजिलका के एसएसपी भूपिंदर सिंह ने मंगलवार को इस गिरोह के संबंध में जानकारी पत्रकारों से शेयर की। आइए सुनते हैं। फाजिलका पुलिस को बड़ी बड़ी सफलता मिली है। एसएचओ पुलिस स्टेशन सदर अबोर ते डीएसपी बल्लुआना ने एक बहुत बड़ा गैंग असी फड़िया। ये गैंग की जिहड़ी मॉडर्न सप्रेंटी सी, रात नू जो कोई भी ट्रक या कोई व्हीकल हाईवे ते जांदा सी ते उन्हों उसनू 5 मैंबर सी, एक हथ दिंदा सी ते दूसरे उन्हों रोक के जो उन्हों दी गल सुनदा ते नाल ही इन्हां कोल एक 315 बोर दा जिहड़ा हैगा सी पिस्टल ते एक 315 बोर दा 332 बोर दा रिवालवर, देसी कट्टा जिहनू कहिंदे ने, उस नूं रोक के उन्हों डरा धमका के उस तो जिन्ने भी उहदे कोल पैसे हुंदे सी उह खोह लैंदे सी। इस तहत असीं तकरीबन 7-8 केस रजिस्टर कीते ने पिछले टाइम दौरान ते इह सारियां वारदातां जदों असीं इन्हां नूं फड़िया, गैंग नूं फड़िया, इह सारियां वारदातां इह मन्न गए ने वी असीं इह सारियां वारदातां कीतियां ने। इस तों इलावा इन्हां तों जिहड़ी रिकवरी हुई है अज इस गैंग तों, उहदे च 2 पिस्तौल देसी, एक 32 बोर, 4 राउंड, 315 बोर, 3 राउंड, एक एयर पिस्टल, एक कृपान ते एक लोहा राड, इस तों इलावा एक कार जैन, 5 मोटरसाइकिल, स्पलेंडर, 6 मोबाइल जिहड़े इन्हां ने खोह कीते सी। इस तों इलावा वारदात करन समय वरतियां 2 कारां, एक जैन ते एक अल्टो इन्हां गड्डी इन्हां तों बरामद कीती गई सी। ਇਹ ਜ਼ਿਆਦਾ ਵਾਰਦਾਤ ਹਾਈਵੇ ਅਬੋਰ ਏਰੀਆ ਜਾਂ ਆਪਣਾ ਜਿਹੜਾ ਹੈਗਾ ਜਿਹੜਾ ਹਾਂਜੀ ਗੰਗਾਨਗਰ ਅਬੋਰ ਜਿੰਨਾ ਵੀ ਏਰੀਆ ਹੈਗਾ ਵਾਰਦਾਤਾਂ ਇਹ ਉੱਥੇ ਕਰਦੇ ਸੀ ਜ਼ਿਆਦਾ ਤੌਰ 'ਤੇ ਵਾਰਦਾਤਾਂ, ਅਤੇ ਕਾਫੀ ਟਾਈਮ ਤੋਂ ਕਰ ਰਹੇ ਸੀ ਇਹ ਵਾਰਦਾਤਾਂ। ਇਸ ਤੋਂ ਇਲਾਵਾ ਸਾਡੇ ਜਿਹੜੇ ਤਾਂ ਕੀਤੀਆਂ ਨੇ ਇਹਨਾਂ ਨੇ ਅਦਰ ਡਿਸਟ੍ਰਿਕਟ ਜਿਹੜਾ ਹੈਗਾ ਉੱਥੇ ਵੀ ਬਹੁਤ ਵਾਰਦਾਤਾਂ ਕੀਤੇ ਨੇ, ਉਹਨਾਂ ਦੀਆਂ ਵਾਰਦਾਤਾਂ ਵੀ ਅਸੀਂ ਸਾਰੀਆਂ ਅਸੀਂ ਹੁਣ ਦੱਸਾਂਗੇ ਕਿਉਂਕਿ ਫਰਦਰ ਅੱਜ ਹੀ ਪਰਚਾ ਦਿੱਤਾ ਅਤੇ ਇਹਨਾਂ ਦਾ ਰਿਮਾਂਡ ਲੈਣਾ। ਉਸ ਤੋਂ ਬਾਅਦ ਅਸੀਂ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਹੋਏਗੀ ਇਹਨਾਂ ਦੀ ਉਹ ਫਿਰ ਅਦਰ ਡਿਸਟ੍ਰਿਕਟਸ ਨੂੰ ਵੀ ਅਸੀਂ ਉਹਨਾਂ ਨੂੰ ਦੱਸਾਂਗੇ ਅਤੇ ਉਹ ਫਿਰ ਆਪਣਾ ਇਹਨਾਂ ਨੂੰ ਰਿਮਾਂਡ 'ਤੇ ਲੈ ਕੇ ਜਾਣਗੇ। ਇਹ ਜਿਹੜੇ ਲੜਕੇ ਹੈਗੇ ਨੇ ਇਹ ਬੇਸਿਕਲੀ ਮੈਂ ਨਾਂ ਬੋਲ ਦਿੰਦਾ ਉਹਨਾਂ ਦਾ, ਲਖਵਿੰਦਰ ਸਿੰਘ ਉਰਫ ਲੱਕੀ, ਪੁੱਤਰ ਬਲਦੇਵ ਸਿੰਘ ਉਰਫ ਬਿੱਲਾ, ਸੁਖਦੀਪ ਸਿੰਘ ਉਰਫ ਦਿਵਮ, ਪੁੱਤਰ ਦਰਸ਼ਨ ਸਿੰਘ, ਵਾਸੀਆਂ ਬੱਲੂਆਣਾ ਕਲੋਨੀ ਨੇ, ਸੁਨੀਲ ਕੁਮਾਰ ਪੁੱਤਰ ਮਨਫੂਲ ਚੰਦ ਵਾਸੀ ਚੰਨਣ ਖੇੜਾ, ਅਜੇ ਕੁਮਾਰ ਪੁੱਤਰ ਚੰਦ ਲਾਲ ਚੰਦ, ਅਜੇ ਸਿੰਘ ਪੁੱਤਰ ਕਾਰਿਆ ਸਿੰਘ, ਲਖਵਿੰਦਰ ਸਿੰਘ ਉਰਫ ਲੱਕੀ ਪੁੱਤਰ ਬਲਦੇਵ ਸਿੰਘ ਉਰਫ ਇੱਲਾ, ਸੁਖਦੇਵ ਸਿੰਘ ਉਰਫ ਦਿਵਮ ਪੁੱਤਰ ਦਰਸ਼ਨ ਸਿੰਘ ਵਾਸੀਆਂ ਬੱਲੂਆਣਾ, ਜਿਹੜੇ ਜਿੰਨੇ ਮੁਲਜ਼ਮ ਨੇ ਇਹ ਸਾਰੇ ਅਬੋਰ ਦੇ ਹੀ ਨੇ। ਤਕਰੀਬਨ ਇਹਨਾਂ ਨੂੰ ਜਦੋਂ ਆਪਣਾ ਘੱਟੋ ਘੱਟ 1 ਸਾਲ ਤਾਂ ਹੋ ਗਿਆ ਹੋਊਗਾ, 1 ਸਾਲ ਤੋਂ ਵੱਧ ਹੋ ਗਿਆ ਇਹਨਾਂ ਨੂੰ ਜਿਹੜੀਆਂ ਵਾਰਦਾਤਾਂ ਨੂੰ ਇਲਜ਼ਾਮ ਦੇ ਰਹੇ ਸੀ। ਅਜੇ ਤੇ ਲੱਕੀ, ਅਜੇ ਤੇ ਲੱਕੀ ਇਹਨਾਂ ਦੇ ਵਿੱਚ ਨਹੀਂ ਨਹੀਂ ਸਾਰੇ ਦੇਖੋ ਸਾਰਾ ਦੂਸਰਾ ਹੈਗਾ ਦੇਸੀ ਕੱਟੇ ਨੇ ਜਿਹੜੇ, ਕੋਈ ਲਾਇਸੈਂਸ ਨਹੀਂ ਹੈਗਾ ਇਹਨਾਂ 'ਚ, ਨਜਾਇਜ਼ ਜਿਹਨੂੰ ਕਹਿ ਦਈਏ ਹੈਗਾ ਸੀ ਹਥਿਆਰ, ਸਾਰੇ ਇਹਨਾਂ ਕੋਲ ਨਜਾਇਜ਼ ਹਥਿਆਰ ਸੀ ਜਿਹਨਾਂ ਦੀ ਸ਼ਾਇਦ ਇਹ ਆਪਣਾ ਗਨ ਪੁਆਇੰਟ 'ਤੇ ਲਾ ਕੇ ਲੁੱਟਦੇ ਸੀ। ਇਹਨਾਂ ਦੇ ਜਿਹੜਾ ਪਹਿਲਾਂ ਕੋਈ ਜਿਹੜੇ ਹੈਗੇ ਨੇ ਇਹਨਾਂ ਨੂੰ ਅਰੈਸਟ ਕੀਤਾ, ਦੇਖਦੇ ਹਾਂ ਪ੍ਰੀਵੀਅਸ ਇਹਨਾਂ ਦਾ ਰਿਕਾਰਡ ਕੀ ਹੈਗਾ, ਕਿਹੜੇ ਕਿਹੜੇ ਥਾਣਿਆਂ 'ਚ ਹੈਗੇ ਨੇ ਉਹ ਫਿਰ ਉਸ ਤੋਂ ਇਲਾਵਾ ਫਿਰ ਅਸੀਂ ਸਾਰਾ ਦੇਖਾਂਗੇ ਇਨਵੈਸਟੀਗੇਸ਼ਨ। ਗੈਂਗ ਦੇ ਮੈਂਬਰ 5 ਦੇ 5 ਫੜਦੇ ਅਸੀਂ, ਹਾਂ ਸਾਰੇ 5 ਮੈਂਬਰ ਸੀ ਇਹ ਗੈਂਗ 'ਚ ਅਤੇ 5 ਦੇ 5 ਅਸੀਂ ਫੜਦੇ ਅਰੈਸਟ ਕਰ ਲਿਆ। ਇੰਟਰਸਟੇਟ ਗੈਂਗ ਕਿਵੇਂ ਸਰ? ਹਾਂਜੀ ਇਹ ਕਿਉਂਕਿ ਰਾਜਸਥਾਨ ਤੋਂ ਜਿਹੜੀਆਂ ਗੱਡੀਆਂ ਆਉਂਦੀਆਂ ਸੀ ਜਾਂ ਰਾਜਸਥਾਨ ਵਾਲੇ ਪਾਸੇ ਵੀ ਜਾ ਕੇ ਕਾਫੀ ਵਾਰਦਾਤਾਂ ਇਹਨਾਂ ਨੇ ਕੀਤੀਆਂ ਉਧਰਲੇ ਪਾਸੇ। ਹਾਂਜੀ ਚੋਰੀ ਦੀਆਂ ਜਾਂ ਬਾਈਕ ਦੇਖੋ ਜਿਹੜੀਆਂ ਇੱਕ ਤਾਂ ਗੱਡੀ ਜਿਹੜੀ ਜੈਨ ਹੈਗੀ ਉਹ ਤਾਂ ਚੋਰੀ ਦੀ ਹੈਗੀ ਹੈ, ਬਟ ਜਿਹੜੀਆਂ 2 ਜੈਨ, ਇੱਕ ਜੈਨ ਤੇ ਕੈਲਟੋ, ਇਹਦਾ ਪਤਾ ਕਰਨਾ ਵੀ ਇਹ ਚੋਰੀ ਦੀ ਹੈ ਜਾਂ ਇਹਨਾਂ ਦੀ ਆਪਦੀਆਂ ਗੱਡੀਆਂ। ਮੋਬਾਈਲ ਬਰਾਮਦ ਹੋਇਆ ਉਹ ਚੋਰੀ ਦੇ? ਉਹ ਚੋਰੀ ਦੇ, ਉਹ ਬਿਲਕੁਲ ਚੋਰੀ। ਪਾਰਟੀ ਸਾਹਮਣੇ ਆਈ ਕੋਈ ਪਾਰਟੀ? ਉਹ ਜੇ ਅਜੇ ਅੱਜ ਹੀ ਅਸੀਂ ਸਵੇਰੇ ਮਾਰਨਿੰਗ ਫੜੇ ਨੇ ਤੇ ਸਾਰੀ ਬਰਾਮਦਗੀ ਬਣੀ, ਹੁਣ ਸਾਰੀ ਇਨਵੈਸਟੀਗੇਸ਼ਨ ਚੱਲੂਗੀ ਫਰਦਰ। ਇਹਨਾਂ ਦੀ ਕੀਤੀ ਆਪਾਂ ਮੁੱਖ ਅਫਸਰ ਥਾਣਾ ਸਦਰ ਅਬੋਹਰ ਨੇ ਬੱਲੂਆਣਾ ਕਲੋਨੀ ਦੇ ਵਾਟਰ ਵਰਕਸ ਵਿੱਚ ਪਾਣੀ ਵਾਲੀ ਡਿੱਗੀ ਦੇ
ਨਾਲ ਪਈ ਖਾਲੀ ਜਗ੍ਹਾ ਤੇ ਇੱਕ ਕਿੱਕਰ ਨੁਮਾ ਦਰਖਤ ਬੇਸਿਕਲੀ ਕੀ ਸੀ ਇਹ ਗੈਂਗ ਸੀ ਉੱਥੇ ਪਲਾਨ ਕਰ ਰਿਹਾ ਸੀ ਕੁਛ ਤੇ ਐਸਐਚਓ ਨੂੰ ਇਨਫੋਰਮੇਸ਼ਨ ਦੇ ਅਸੀਂ ਕੇਸ ਰਜਿਸਟਰ ਕੀਤਾ ਕੇਸ ਰਜਿਸਟਰ ਕਰਕੇ ਇਹਨਾਂ ਨੂੰ ਦੋਸ਼ੀਆਂ ਨੂੰ ਫੜਿਆ ਸੀ ਦੋਸਤੋ ਵੀਡੀਓ ਕੋ ਲਾਈਕ ਔਰ ਸ਼ੇਅਰ ਕਰ ਦੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਕੇ ਬੈਲ ਆਈਕੋਨ ਕੋ ਦਬਾ ਦੇ ਤਾਂ ਕਿ ਹਮਾਰੇ ਹਰੇਕ ਨਈ ਵੀਡੀਓ ਕੀ ਜਾਣਕਾਰੀ ਸਭ ਸੇ ਪਹਿਲੇ ਆਪਕੋ ਮਿਲ ਸਕੇ ਧੰਨਵਾਦ